सत श्री अकाल जी, मैं हैप्पी सिद्धू कबड्डी 365 देख रहे सारे दर्शकों का जी स्वागत करते हैं। अज कबड्डी 365 की टीम पहुंची आ घोलिया खुरद मोगे जिले का पिंड, जिथे कि ब्रह्म ज्ञानी संत बाबा गुलाब सिंह जी की याद में टूरनामेंट करवाया जा रहा। किन्ने किलो के मैच होने आ, कि टीम खेडनिया, की बैस्टा आ कि प्राइज आ, वो आप जानते हैं अजो टूरनामेंट कमेटी तो। ਬਈ ਇੱਥੇ ਆਉਣ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਅਤੇ ਸਾਰੀ ਕਮੇਟੀ ਵੱਲੋਂ ਅਤੇ ਸਾਰੇ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਅਸੀਂ ਇਹ ਜਾਣਨਾ ਚਾਹਾਂਗੇ ਵੀ ਕਿਹੜੇ ਟੂਰਨਾਮੈਂਟ, ਕਿਹੜਾ ਟੂਰਨਾਮੈਂਟ ਕਿਹੜੀ ਡੇਟ ਨੂੰ ਹੋਣਾ, ਕਿੰਨੇ ਕਿਲੋ ਦਾ, ਕਿੰਨੇ ਪਲੇਅਰ ਬਾਹਰੋਂ ਆ, ਉਹ ਤੁਸੀਂ ਸਾਨੂੰ ਸਾਰੀ ਡਿਟੇਲ 'ਚ ਜਾਣਕਾਰੀ ਦਿਓ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ। ਹਾਂਜੀ ਬਾਈ ਜੀ, 22 ਤਰੀਕ ਨੂੰ ਜਿਵੇਂ 50 ਕਿਲੋ ਹੈ ਨਾ, ਹਾਂਜੀ, ਇਹਦਾ ਜਿਵੇਂ ਫਸਟ ਪ੍ਰਾਈਜ਼ 11,111 ਰੁਪਈਏ ਅਤੇ ਦੂਜਾ ਪ੍ਰਾਈਜ਼ ਹੈਗਾ 7,777 ਰੁਪਈਏ। ਹਾਂਜੀ, ਇਹ ਮੈਚ 22 ਤਰੀਕ ਨੂੰ ਹੋਣਗੇ ਜੀ। ਤੇਈ ਤਰੀਕ ਨੂੰ ਆਪਣਾ ਕਬੱਡੀ ਓਪਨ 4 ਖਿਡਾਰੀ ਬਾਹਰੋਂ, ਜਿਹਦਾ ਪਹਿਲਾ ਨਾਮ ਜੀ 1,11,111 ਰੁਪਈਏ, ਦੂਜਾ ਨਾਮ ਜੀ 77,777 ਰੁਪਈਏ, ਤੇ ਬੈਸਟਾਂ ਨੂੰ ਜੀ ਲੰਡੀਆਂ ਜੀਪਾਂ ਤੇ ਕਬੱਡੀ ਸੈਮੀ ਮੈਚਾਂ ਦੇ ਵਿੱਚ ਐਲਈਡੀਆਂ ਦਿੱਤੀਆਂ ਜਾਣਗੀਆਂ, ਬੈਸਟ ਕੱਢੇ ਜਾਣਗੇ, ਸੈਮੀ ਚੋਂ ਕੱਢੇ ਜਾਣਗੇ। ਹਾਂਜੀ ਹਾਂਜੀ। ਤੇ ਇਹ ਜੀਪਾਂ ਕਿੱਥੋਂ ਤਿਆਰ ਕਰਾਈਆਂ? ਇਹ ਜੀ ਆਪਾਂ ਮੋਗੇ ਤੋਂ ਤਿਆਰ ਕਰਵਾਈਆਂ ਜੀ। ਕਿੰਨੇ 'ਚ ਹੋਗੀ ਤਿਆਰ ਫਿਰ ਜੀਪ? ਇਹ ਜੀ ਇੱਕ ਜੀਪ 3,00,000 ਰੁਪਏ 'ਚ ਤਿਆਰ ਹੋਈ ਹੈ ਜੀ। ਠੀਕ ਆ। ਹੋਰ ਕੀ ਪ੍ਰਬੰਧ ਆ ਦਰਸ਼ਕਾਂ ਲਈ? ਦਰਸ਼ਕਾਂ ਲਈ ਜੀ ਬੈਠਣ ਦਾ ਪੂਰਾ ਖਾਸ ਪ੍ਰਬੰਧ ਹੈ ਜੀ, ਸਟੇਡੀਅਮ 'ਤੇ ਜੀ ਲੰਗਰ ਦਾ ਵੀ ਪੂਰਾ ਪ੍ਰਬੰਧ ਆ। ਬਾਕੀ ਹੋਰ ਆ ਜੀ, ਜਿਵੇਂ ਹੁਣ ਆਪਣੀਆਂ ਜੀਪਾਂ ਤਿਆਰ ਕਰਵਾਈਆਂ ਹੈ ਨਾ ਜੀ, ਆਪਾਂ ਵੀ ਪੂਰੇ ਪੈਸੇ ਲਾ ਕੇ ਫੁੱਲ ਵਧੀਆ ਤਿਆਰ ਕਰਵਾਈਆਂ, ਸਪੈਸ਼ਲ ਆਪ ਕੋਲ ਖੜ ਕੇ। ਇਹ ਜਾਣੀ ਗਾ ਵੀ ਜਾਣੀ ਕਿ ਵੀ ਕਈ ਵਾਰੀ ਹੁੰਦਾ ਵੀ ਹੈ ਨਾ ਵੀ ਟਾਈਮ ਪਾਸ ਜਿਹਾ ਕੰਮ ਆ ਨਾ, ਵੀ ਉਹੋ ਜਿਹਾ ਕੋਈ ਚੱਕਰ ਨਹੀਂ ਗਾ, ਆਪਦੇ ਲਈ ਫੁੱਲ ਜ਼ੋਰ ਲਾ ਕੇ ਤਿਆਰ ਕਰਵਾਈਆਂ ਵੀ ਖਿਡਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਵੀ ਆਪਦੇ ਲਈ ਪੂਰੀਆਂ ਵਧੀਆ ਤਿਆਰ ਕਰਵਾਈਆਂ ਜੀ ਅਸੀਂ। ਇੱਕ ਹੋਰ ਦਿੱਕਤ ਬਹੁਤ ਆਉਂਦੀ ਆ ਦਰਸ਼ਕਾਂ ਨੂੰ ਵੀ, ਜਾਣੀ ਕਿ ਮੈਚ ਲੇਟ ਸਟਾਰਟ ਹੁੰਦੇ ਆ ਅਤੇ ਲੇਟ ਖਤਮ ਹੁੰਦੇ ਆ, ਉਹਦੇ ਲਈ ਤੁਸੀਂ ਕੀ ਸੋਚਿਆ? ਨਹੀਂ ਅਸੀਂ ਜੀ ਟੀਮਾਂ ਉਹਨੇ ਹੀ ਕੀਤੀਆਂ ਜੀ ਐਂਟਰ, ਵੀ ਜਿਹਨਾਂ ਨਾਲ ਵੀ ਟਾਈਮ ਨਾਲ ਮੈਚ ਨਿਬੜ ਜਾਣ ਅਤੇ ਵੀ ਵਧੀਆ ਰਹੇ, ਨਾਲੇ ਦਰਸ਼ਕਾਂ ਨੂੰ ਵੀ ਵਧੀਆ ਰਹੇ ਵੀ ਆਪਦਾ ਟਾਈਮ ਨਾਲ ਘਰੋਂ ਘਰ ਜਾਣ ਅਤੇ ਨਾਲੇ ਟੀਮਾਂ ਵਾਲਿਆਂ ਨੂੰ ਵੀ। ਅਸੀਂ ਉਹਨੀਆਂ 16 ਟੀਮਾਂ ਹੀ ਐਂਟਰ ਕੀਤੀਆਂ ਜੀ ਪੱਖੋਂ। ਟੀਮਾਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਕੁਛ ਵੀ? ਕਿਹੜੀਆਂ ਟੀਮਾਂ ਬਾਰੇ ਜੀ? ਟੀਮਾਂ ਬਾਰੇ ਤਾਂ ਹੁਣ ਆਇਆ ਤਾਂ ਪਤਾ ਲੱਗੂਗਾ ਜੀ, ਕਿਹੜੀਆਂ ਬਾਰੇ ਜਾਂ ਕੁਛ ਨਹੀਂ, ਹਜੇ ਨਹੀਂ ਕੁਛ ਕਹਿ ਸਕਦੇ ਜੀ। ਬਾਕੀ ਜਿਹੜੇ ਹਿਸਾਬ ਨਾਲ ਆਪਦੇ ਵਾਲੇ ਉਹਦਾ ਫੁੱਲ ਜ਼ੋਰ ਲੱਗੇ ਸਾਰਾ ਟੀਮਾਂ ਸੱਦਣ ਵਾਸਤੇ ਜੀ, ਸਰਪ੍ਰਾਈਜ਼ ਹੀ ਹੈ ਜੀ ਸਾਰਾ। ਸੁਖਰਾਜ ਰੋਡੇ, ਮੱਖਣ ਵਾਲੀ ਤੇ ਹੋਰ ਬਾਕੀ ਸੰਧੂ ਬ੍ਰਦਰ ਹੋ ਗਏ, ਜਾਣੀ ਕਿ ਵਧੀਆ ਕਮੈਂਟਰ ਪਹੁੰਚਣਗੇ ਜੀ, ਜਿਹੜੇ ਕਬੱਡੀ ਟੂਰਨਾਮੈਂਟ ਤੇ ਵਧੀਆ ਕਮੈਂਟਰੀ ਕਰਦੇ ਜੀ। ਜਿਵੇਂ ਦਰਸ਼ਕਾਂ ਨੇ ਕਈਆਂ ਨੇ ਦੂਰੋਂ ਆਉਣਾ ਹੁੰਦਾ ਤੇ ਇਹਦੀ ਲੋਕੇਸ਼ਨ ਵੀ ਆਪਾਂ ਦੱਸ ਦਈਏ, ਮੋਗਾ ਸਾਈਡ ਤੋਂ ਆਉਣਾ? ਮੋਗਾ ਸਾਈਡ ਤੋਂ ਜੀ, ਚੜੈਕ ਘੋਲੀਆ ਵੱਡਾ ਅਤੇ ਨਾਲ ਹੀ ਛੋਟਾ ਘੋਲੀ, ਇੱਧਰੋਂ ਬੱਧਨੀ ਵਾਲੀ ਸਾਈਡ ਤੋਂ ਆਉਣਾ ਦਾ ਰਣੀਆਂ ਦੁੰਨੇ ਕੇ ਅਤੇ ਨਿਹਾਲ ਸਿੰਘ ਵਾਲੀ ਸਾਈਡ ਤੋਂ ਖੋਟੇ ਮਾਣੂ ਕੇ ਅਤੇ ਨਾਲ ਹੀ ਆਪਣਾ ਪਿੰਡ ਪੈ ਜਾਂਦਾ ਘੋਲੀਆ ਖੁਰਦ। ਬਾਗੇ ਪੁਰਾਣੇ ਵਾਲੀ ਸਾਈਡ ਤੋਂ ਫੁੱਲੇ ਵਾਲਾ ਪੌਲ ਆਉਣਾ ਅਤੇ ਨਾਲ ਵੱਡਾ ਘੋਲੀਆ ਅਤੇ ਫਿਰ ਛੋਟਾ ਘੋਲੀਆ ਜੀ। ਕਿੰਨਾ ਟਾਈਮ ਹੋ ਗਿਆ ਫਿਰ ਤਿਆਰੀ ਕਰਦਿਆਂ ਨੂੰ? ਹੋ ਹੀ ਗਏ ਜੀ ਸਾਨੂੰ 1.5-2 ਮਹੀਨੇ, ਜਾਣੀ ਕਿ ਬਾਕੀ NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਅਤੇ ਪਿੰਡ ਵਾਸੀਆਂ ਦਾ ਹੈ ਨਾ, ਜਿਹਨਾਂ ਦੇ ਕਰਕੇ ਐਡਾ ਵੱਡਾ ਇਹ ਕਦਮ ਪਹਿਲੇ ਪਿਛਲੇ ਸਾਲ ਅਸੀਂ ਕੀਤਾ ਸੀਗਾ, ਵਧੀਆ ਸਟਾਰਟ ਕੀਤਾ ਜੀ ਪਿਛਲੇ ਸਾਲ, ਸਾਨੂੰ ਵਧੀਆ ਰਿਸਪੋਂਸ ਸੀ ਐਤਕੀ, ਉਦੋਂ ਵੀ ਸਾਨੂੰ ਵਧੀਆ ਮਿਲਿਆ। ਕਿੰਨਵਾਂ ਟੂਰਨਾਮੈਂਟ ਹੋ ਰਿਹਾ? ਟੂਰਨਾਮੈਂਟ ਅਸੀਂ ਪਿਛਲੇ ਸਾਲ ਆਪਦਾ ਸਟਾਰਟ ਕੀਤਾ ਜੀ, ਐਤਕੀ ਦੂਜਾ ਵਾ। ਠੀਕ ਹੈ। ਹਾਂਜੀ ਬਾਈ, ਟੂਰਨਾਮੈਂਟ ਸਾਡੇ ਸੰਤ ਬਾਬਾ ਗੁਲਾਬ ਸਿੰਘ ਦੀ ਯਾਦਗਾਰੀ 'ਚ ਪੁਰਾਣਾ ਸਮੇਂ ਤੋਂ ਚੱਲਦਾ ਆਉਂਦਾ 35-36 ਸਾਲ ਤੋਂ, ਅਤੇ ਉਹ ਲੜੀ ਨੂੰ ਅਸੀਂ ਦੁਬਾਰਾ ਦੂਸਰੀ ਵਾਰ ਇਸ ਵਾਰ ਕਰਵਾਉਣ ਜਾ ਰਹੇ ਹਾਂ। ਨਵਾਂ ਯੂਥ ਆ, ਨੀਅਰਲੀ ਅਸੀਂ 20-22 ਕਮੇਟੀ ਮੈਂਬਰ ਹੈਗੇ ਹਾਂ ਅਤੇ ਸਾਰਿਆਂ ਦਾ ਫੁੱਲ ਸਹਿਯੋਗ ਆ। ਵਿੱਚੋਂ ਲਾਸਟ ਈਅਰ ਅਸੀਂ ਨੀਅਰਲੀ 24-25 ਮੈਂਬਰ ਸੀਗੇ, ਜਿਨ੍ਹਾਂ 'ਚੋਂ 5 ਬਾਹਰ ਫੋਰਨ ਚਲੇ ਗਏ ਅਤੇ ਉਹਨਾਂ ਦੀ ਹੁਣ ਵੀ ਸਾਨੂੰ ਫੁੱਲ ਸਪੋਰਟ ਆ, ਅਤੇ 4-5 ਸਾਡੇ ਕਮੇਟੀ ਮੈਂਬਰ ਆ ਜਿਹੜੇ ਇੱਥੇ ਵੀ ਆ, ਉਹ ਰੁਝੇਵਿਆਂ ਕਰਕੇ ਨਹੀਂ ਹਾਜ਼ਰ ਹੋ ਸਕੇ, ਪਰ ਉਹਨਾਂ ਦਾ ਸਾਨੂੰ ਫੁੱਲ ਸਹਿਯੋਗ ਆ। ਅਤੇ ਬਾਕੀ ਜੋ ਟੂਰਨਾਮੈਂਟ ਸਾਨੂੰ ਸਪੋਰਟ ਆ NRI ਵੀਰਾਂ ਦੀ ਆ, ਪਿੰਡ ਦੀ ਫੁੱਲ ਸਪੋਰਟ ਆ, ਸਾਰਿਆਂ ਦੇ ਸਹਿਯੋਗ ਸਦਕਾ ਹੀ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ। ਖਿਡਾਰੀ ਕਿਹੜੇ ਕਿਹੜੇ ਪਹੁੰਚ ਰਹੇ ਆ? ਬਾਈ ਜੀ, ਖਿਡਾਰੀ ਅਸੀਂ ਉੱਦਾਂ ਦਾ ਸੀਕ੍ਰੇਟ ਸਰਪ੍ਰਾਈਜ਼ ਦੇਣਾ, ਪਰ ਤੁਹਾਨੂੰ ਫਿਰ ਵੀ ਦੱਸ ਦਿੰਦੇ ਹਾਂ, ਜਿੱਦਾਂ ਅੱਜ ਦੇ ਟਾਈਮ ਦੀ ਵਧੀਆ ਟੀਮ ਆ ਬਾਹੂ ਅਕਬਰਪੁਰ ਅਤੇ ਸ਼ਕਰਪੁਰ ਟੰਡੋਲੀ ਬਾਈ ਜੀ ਅਤੇ ਦੋਦਾ ਜਨੇਰ, ਵਧੀਆ ਟੀਮਾਂ ਹੀ ਆ ਰਹੀਆਂ ਬਾਈ ਜੀ, ਸਾਰੇ ਵਧੀਆ ਪਲੇਅਰ, ਜੋ ਵੀ ਅੱਜ ਦੇ ਸਮੇਂ ਦੇ ਪਲੇਅਰ ਲੋਕਾਂ ਦੇ ਦਰਸ਼ਕਾਂ ਦੀ ਮੰਗ ਆ, ਉਹ ਸਾਰੇ ਪਲੇਅਰ ਪੁੱਜਣਗੇ।
ਜਾਣੀ ਕਿ ਸਾਰੇ ਅੱਜ ਦੇ ਟਾਈਮ ਦੇ ਸੁਪਰ ਸਟਾਰ ਪਹੁੰਚਣਗੇ ਜੀ, ਸਾਰੇ ਸੁਪਰ ਸਟਾਰ ਪਹੁੰਚਣਗੇ। ਸਾਡੀ ਦਰਸ਼ਕ ਵੀਰਾਂ ਨੂੰ ਅਪੀਲ ਆ ਵੀ ਹੰਭ ਹੰਭਾ ਕੇ ਇੱਥੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਉਣ। ਥੈਂਕ ਯੂ ਜੀ। ਤੁਹਾਨੂੰ ਸਾਡੀ ਇਹ ਜਾਣਕਾਰੀ ਕਿਹੋ ਜਿਹੀ ਲੱਗੀ? ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਜ਼ਰੂਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਹੋ, ਸ਼ੁਕਰੀਆ।